मैं लो जी, मैं तुसी वैसे सारे सोच रहे होगे भी कौन आ गया, ना तो मैं रिपोर्टर हाँ ते ना मैं होस्ट। मैं इस फिल्म दा, मैं इस गाने दा प्रोड्यूसर गौरव राणा सुखीजा, और मैं थोनू मिलवाना साढ़े रिपोर्टर साहब ना साढ़े कोल ही खड़े ने। हेलो जी, हेलो, की हाल चाल है? थैंक यू गौरव, वेलकम टू द शो। थैंक यू जी, थैंक यू। तुसी अपने इस ट्रैक बारे दसोगे? एक रोमांटिक सैड रोमांटिक ट्रैक है जिदा कि नाम आ जा मुड़ा। इहदा म्यूजिक किया लक्की नागरा ने, ते इहदे लिरिक्स आ सनी चिट्टी मलेशिया तो, वीडियो बनाई इहदी सुजल फिरोजपुरिया ते नीतिश राय। तुहानू जान के हैरानी होवेगी कि सिर्फ 6 दिनां विच इस ट्रैक दे 12 लाख डाउनलोड हो चुके ने। चलो इन्ना तो ही जानदे इस गाने बारे होर। तुसी इस तो पहला केड़े गीत गाए ने? इस तो पहला एक सैड सोंग सी उहदा नां खत, ते सैकंड कीता वो टोटल रोमांटिक सोंग सी चन्ना। ਤੁਸੀਂ ਆਪਣੇ ਮਿਊਜ਼ਿਕ ਵਿੱਚ ਕਿੰਨੇ ਸਾਲਾਂ ਤੋਂ ਹੈਗੇ ਹੋ, ਕਿੰਨੇ ਸਾਲਾਂ ਤੋਂ ਕਰ ਰਹੇ ਹੋ ਮਿਊਜ਼ਿਕ? ਮਿਊਜ਼ਿਕ ਤੋਂ 4 ਸਾਲ ਹੋ ਗਏ ਲਗਭਗ, ਅਤੇ ਬਟ ਮੈਨੂੰ ਜਿਹੜੀ ਇਹ ਸਿੱਖਣ ਦੀ ਕੋਸ਼ਿਸ਼ ਮੇਰੇ ਡੈਡੀ ਨੇ ਕੀਤੀ ਸੀਗੀ, ਅਤੇ ਹੁਣ ਉਹ ਐਕਸਪਾਇਰ ਹੋ ਚੁੱਕੇ, ਅਤੇ ਮੇਰਾ ਫਿਰ ਡਰੀਮ ਆ ਕਿ ਉਹਨਾਂ ਨੇ ਮੈਨੂੰ ਇਸ ਪਾਸੇ ਲਾਇਆ ਸੀ ਤਾਂ ਮੈਂ ਇਹ ਕੰਮ ਹੁਣ ਕਰ ਰਿਹਾ। ਤੁਸੀਂ ਕਿੰਨਾ ਟਾਈਮ ਤੋਂ ਟ੍ਰੇਨਿੰਗ ਲੈ ਰਹੇ ਹੋ ਮਿਊਜ਼ਿਕ ਦੀ? ਮੈਨੂੰ ਟੋਟਲ 4 ਤੋਂ 5 ਸਾਲ ਹੋ ਗਏ ਟ੍ਰੇਨਿੰਗ ਲੈਂਦੇ ਨੂੰ, ਪ੍ਰੋਪਰ ਟ੍ਰੇਨਿੰਗ 2 ਸਾਲ ਹੋ ਗਏ ਲੈਂਦੇ ਨੂੰ। ਅਤੇ ਤੁਹਾਨੂੰ ਕਿੰਨੇ ਇੰਸਪਾਇਰ ਕੀਤਾ ਇਹ ਮਿਊਜ਼ਿਕ ਵੀਡੀਓ ਕੱਢਣ ਵਾਸਤੇ? ਇੰਸਪਾਇਰ ਮੈਂ ਹੁਣੇ ਦੱਸਿਆ ਨਾ ਤੁਹਾਨੂੰ, ਮੇਰੇ ਫਾਦਰ ਦਾ ਡਰੀਮ ਸੀਗਾ, ਅਤੇ ਉਹਨਾਂ ਦਾ ਡਰੀਮ ਹੁਣ ਮਤਲਬ ਮੇਰਾ ਪੈਸ਼ਨ ਬਣ ਗਿਆ ਪੂਰਾ ਕਰਨਾ। ਅਤੇ ਕੋਈ ਇਹੋ ਜਿਹਾ ਗੀਤ ਜਿਹੜਾ ਤੁਸੀਂ ਐਕਚੁਅਲ 'ਚ ਗਾਉਣਾ ਚਾਹੁੰਦੇ ਹੋ ਜਾਂ ਕਿਵੇਂ? ਨਹੀਂ, ਮੈਂ ਫੈਨ ਹੈਗਾ ਵਾਂ ਸਦੂ ਸਿਕੰਦਰ ਸਾਹਿਬ ਦਾ, ਮਤਲਬ ਉਹਨਾਂ ਨੂੰ ਹੀ ਮਤਲਬ ਘਰਾਣੇ 'ਚ ਸਾਡੇ ਸੁਣਿਆ ਜਾਂਦਾ ਸੀ ਸਾਰੇ, ਅਤੇ ਉਹਨਾਂ ਦਾ ਹੀ ਫੈਨ ਆ, ਉਹਨਾਂ ਦੇ ਗਾਣੇ ਜ਼ਿਆਦਾ ਸੁਣਦਾ ਵਾਂ, ਅਤੇ ਜੇ ਕਹਿੰਦੇ ਉਹਨਾਂ ਦਾ ਥੋੜ੍ਹਾ ਜਿਹਾ ਗੀਤ ਕੋਈ ਸੁਣਾ ਦਿੰਦਾ। ਵੇ ਜਾ ਬੇਦਰਦ ਇਸ ਦਿਲ ਵਿੱਚੋਂ, ਤੇਰੀ ਹਰ ਇੱਕ ਯਾਦ ਭੁਲਾ ਦੇਣੀ, ਮੈਂ ਆਪਣੇ ਸਭ ਅਰਮਾਨਾਂ ਨੂੰ ਅੱਜ ਆਪੇ ਹੀ ਤੀਲੀ ਲਾ ਦੇਣੀ, ਖਤ ਟੁਕੜੇ ਟੁਕੜੇ ਕਰ ਦੇਣੇ, ਮੈਂ ਸਾੜ ਦੇਣਾ ਤਸਵੀਰਾਂ ਨੂੰ, ਮੈਂ ਫੂਕ ਦੇਣਾ ਤਸਵੀਰਾਂ ਨੂੰ, ਜਦ ਤੂੰ ਹੀ ਨਹੀਂ ਤਾਂ ਕੀ ਕਰਨਾ, ਤੂੰ ਹੀ ਨਹੀਂ ਤਾਂ ਕੀ ਕਰਨਾ, ਇਹਨਾਂ ਕਾਗਜ਼ ਦੀਆਂ ਜਗੀਰਾਂ ਨੂੰ, ਖਤ ਟੁਕੜੇ ਟੁਕੜੇ ਕਰ ਦੇਣੇ, ਮੈਂ ਫੂਕ ਦੇਣਾ ਤਸਵੀਰਾਂ ਨੂੰ। ਥੈਂਕ ਯੂ। ਬਹੁਤ ਖੂਬ ਜੀ, ਅਤੇ ਇਹ ਗੀਤ ਤੁਸੀਂ ਆਪ ਲਿਖਿਆ? ਨਹੀਂ, ਇਹ ਸਨੀ ਚਿੱਟੀ ਨੇ ਲਿਖਿਆ ਮਲੇਸ਼ੀਆ ਤੋਂ। ਹਾਂਜੀ, ਤੁਸੀਂ ਆਪ ਲਿਖਦੇ ਹੋ ਗੀਤ? ਨਹੀਂ, ਮੈਂ ਨਹੀਂ ਲਿਖਦਾ। ਅੱਛਾ, ਮਤਲਬ ਲਿਖਵਾਉਣਾ ਹੀ ਹੈ, ਆਪ ਨਹੀਂ ਸ਼ੁਰੂ ਕਰਨਾ ਲਿਖਣਾ? ਪਤਾ ਕਿਹਾ ਜੀ, ਇੱਕ ਸਿੰਗਰ, ਇੱਕ ਪਰਫੈਕਟ ਸਿੰਗਰ ਸਕਸੈਸਫੁਲ ਉਦੋਂ ਹੀ ਹੁੰਦਾ ਜਦੋਂ ਇੱਕ ਪਰਫੈਕਟ ਰਾਈਟਰ ਮਿਲਦਾ, ਇੱਕ ਪਰਫੈਕਟ ਮਿਊਜ਼ਿਕ ਡਾਇਰੈਕਟਰ ਮਿਲਦਾ ਹੈ, ਔਰ ਇੱਕ ਪਰਫੈਕਟ ਟੀਮ ਮਿਲਦੀ ਹੈ। ਨਹੀਂ ਜੀ, ਅਸੀਂ ਵੱਡੇ ਵੱਡੇ ਸਿੰਗਰਾਂ ਦੀ ਗੱਲ ਕਰ ਰਹੇ ਹਾਂ, ਉਹ ਤਾਂ ਆਪ ਹੀ ਲਿਖਦੇ ਹੈ। ਨਹੀਂ, ਐਕਚੁਅਲੀ ਕੀ ਹੈ ਕਿ ਇੱਕ ਨਾ ਮਤਲਬ ਇਹ ਦੇਖਿਆ ਅੱਜ ਕੱਲ੍ਹ ਇੱਕ ਟ੍ਰੈਂਡ ਹੋ ਗਿਆ, ਟ੍ਰੈਂਡ ਹੋ ਗਿਆ, ਸਪੋਜ਼ ਕਿਸੇ ਨੇ ਲਿਖਿਆ ਕਿਸੇ ਨੇ ਗਾਇਆ, ਲੇਕਿਨ ਆਥੋਰਾਈਜੇਸ਼ਨ ਰਾਈਟਸ ਸਾਰੇ ਅਸੀਂ ਲੈ ਲਏ, ਦੈਟ ਇਜ਼ ਦ ਟ੍ਰੈਂਡ। ਮਤਲਬ ਅਗਰ ਮੈਂ ਅੱਜ ਇਹ ਗੱਲ ਕਹਾਂ ਕਿ ਜਿੱਦਾਂ ਆਪਾਂ ਇਹ ਗਾਣਾ ਰਿਲੀਜ਼ ਕੀਤਾ, ਆਜਾ ਮੁੰਡਾ, ਸਨੀ ਚਿੱਟੀ ਜਿਹੜੇ ਤੁਸੀਂ ਦੇਖੋ ਕਿ ਉਹ ਕਿੰਨੀ ਦੂਰ ਬੈਠੇ ਨੇ, ਲੇਕਿਨ ਉਹਨਾਂ ਦੀ ਇੱਕ ਸੋਚ ਹੈ, ਇੱਕ ਅੱਛੀ ਸੋਚ ਹੈ ਕਿ ਮੈਂ ਇੱਕ ਅੱਛੀ ਚੀਜ਼ ਲਿਖਣੀ ਹੈ, ਤਾਂ ਉਸ ਚੀਜ਼ਾਂ ਉਹਨਾਂ ਚੀਜ਼ਾਂ ਦਾ ਬੜਾ ਫਰਕ ਪੈ ਜਾਂਦਾ। ਤਾਂ ਦੈਟ ਇਜ਼ ਦ ਮੈਟਰ ਕਿ ਇੱਕ ਪਰਫੈਕਟ ਸਿੰਗਰ ਬਣਾਉਣ ਵਾਸਤੇ ਇੱਕ ਪਰਫੈਕਟ ਟੀਮ ਹੋਣੀ ਬਹੁਤ ਜ਼ਰੂਰੀ ਹੈ। ਅਤੇ ਇਸ ਤੋਂ ਬਾਅਦ ਕਿਸੇ ਹੋਰ ਗੀਤ ਦੀ ਤਿਆਰੀ ਹੈ ਹੁਣ? ਹਾਂਜੀ, ਇਸ ਤੋਂ ਬਾਅਦ ਇੱਕ ਮੇਰਾ ਬੀਟ ਸੌਂਗ ਕਰ ਰਹੇ ਹਾਂ ਅਸੀਂ, ਅਤੇ ਉਹ 3 ਕੁ ਮੰਥ ਲੱਗੂਗੇ ਉਹਨੂੰ ਰਿਲੀਜ਼ ਕਰਨ ਨੂੰ, ਅਤੇ ਕਰ ਰਹੇ ਬੀਟ ਸੌਂਗ। ਥੈਂਕ ਯੂ ਵੈਰੀ ਮੱਚ ਜੀ।